ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਜਸਨੀ ਅਸਟ੍ਰੇਲੀਆ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰੈੱਡ ਬਟਨ ਨੂੰ ਦਬਕੇ ਉਹਨੂੰ ਗ੍ਰੇ ਬਣਾ ਦਿਓ ਜੇ ਤੁਸੀਂ ਮੇਰੀਆਂ ਵੀਡੀਓ ਲਾਈਕ ਕਰਦੇ ਆ ਉੱਥੇ ਲਾਈਕ ਦਾ ਬਟਨ ਦਬੋ ਤੇ ਗਾਹਾਂ ਮੇਰੀਆਂ ਵੀਡੀਓ ਸ਼ੇਅਰ ਕਰੋ ਅੱਜ ਮੈਂ ਬਣਾਉਣ ਲੱਗੀ ਹਾਂ ਐਪਲ ਕਰੰਬਰ ਆਓ ਫੇਰ ਸਾਰੇ ਆਪਾਂ ਐਪਲ ਕ੍ਰੰਬਲ ਬਣਾਉਣੇ ਆ। ਆਓ ਜੀ ਚੱਲੀਏ ਫੇਰ। ਐਪਲ ਕ੍ਰੰਬਲ ਬਣਾਉਣ ਲਈ ਪਹਿਲਾਂ ਆਪਾਂ ਫਿਲਿੰਗ ਬਣਾਉਂਗੇ। ਤੇ ਉਦੋਂ ਮੈਂ 1 ਕਿਲੋ ਐਪਲ ਲਏ ਆ, ਉਹਦੀ ਫਿਲਿੰਗ ਬਣਾਉਣੀ ਆ ਆਪਾਂ। ਗ੍ਰੀਨਿਸ਼ ਸਮਿਥ ਦੇ ਮੈਂ ਗ੍ਰੀਨ ਐਪਲ ਲੈ ਲਿਆ 1 ਕਿਲੋ ਤੇ ਆਹ ਫਿਲਿੰਗ ਬਣਾਉਣ ਦਾ ਸਮਾਨ ਹੈ। ਆਪਾਂ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਨਿੰਬੂ ਦਾ ਰਸ ਆ, ਉਹ ਚਾਹੀਦਾ ਆ 2 tsp। ਇਸ ਕਰਕੇ ਤੁਹਾਡੇ ਕੋਲ ਜੇ ਨਿੰਬੂ ਦਾ ਹੈਗਾ ਆ ਜੂਸ ਉਹ ਵਰਤ ਲੋ ਪਰ ਮੈਂ ਇਹ ਚੋ ਜੂਸ ਕੱਢ ਕੇ ਵਰਤੂਗੀ ਹਨਾ ਤੇ ਆ ਹੈਗਾ ਆ ਅੱਧਾ ਟੀस्पून ਸਿਨਮਨ ਤੇ ਉਸ ਤੋਂ ਬਾਅਦ ਆਪਾਂ ਨੂੰ 슈ਗਰ ਚਾਹੀਦੀ ਆ ਬ੍ਰਾਂਡ 슈ਗਰ ਮੇ ਲਈਆ ਇਹ ਹੈਗਾ ਅੱਧਾ ਕੱਪ ਇਹ ਹੈਗੇ ਬਦਾਮਾਂ ਦੇ ਫਲੇਕਸ ਇਹ ਹੈਗਾ ਉਦਾਂ 1/3 ਕੱਪ ਆ ਪਰ ਮੈਂ ਜਿੱਦਾਂ ਇਹਨੂੰ 1/4 ਕੱਪ ਹੀ ਆ ਥੋੜਾ ਹੁਣਾ ਰੱਖਿਆ 1/4 ਕੱਪ ਜਿੱਦਾਂ ਲਈਆ ਆ ਫਲੇਕਸ ਤਾਂ ਤੇ 1/4 ਕੱਪ ਮੈਂ ਲਈਆ ਆ ਸੌਗੀ ਦਾ ਇੱਕ ਟੇਬਲस्पून ਮੈਂ ਲਿਆਇਆ ਮੈਦੇ ਦਾ ਪਲੇਨ ਫਲਾਵਰ ਦਾ ਇਹਨਾਂ ਸਾਰਿਆਂ ਦੀ ਹੁਣ ਆਪਾਂ ਫਿਲਿੰਗ ਬਣਾਉਂਗੇ ਐਪਲਾਂ ਨੂੰ ਮੈਂ ਛੱਲ ਲਿਆਇਆ ਛੱਲ ਕੇ ਇਹਨਾਂ ਨੂੰ ਡਾਈਸ ਕਰਨਾ ਹੈ ਇਦਾਂ ਦੇ ਪੀਸ ਐਡੇ-ਐਡੇ ਇੱਕ ਪੀਸ ਹੋਣੇ ਚਾਹੀਦੇ ਆ ਐਪਲਾਂ ਨੂੰ ਅਸੀਂ ਕੱਟ ਲਿਆ ਸਾਰਿਆਂ ਨੂੰ ਹੁਣ 1 ਕਿਲੋ ਐਪਲ ਆ ਹੁਣ ਆਪਾਂ ਫਿਲਿੰਗ ਬਣਾਉਣ ਲੱਗੇ ਆ ਸਾਰੇ ਕੁਸ਼ਣ ਨੂੰ ਮਿਕਸ ਕਰ ਇੱਕ ਡੰਗੇ ਦੇ ਵਿੱਚ ਇਦਾਂ ਕੋਈ ਵੀ ਕਿਸੇ ਚੀਜ਼ ਦੇ ਵਿੱਚ ਆਪਾਂ ਇਹਨਾਂ ਨੂੰ ਸਾਰੇ ਐਪਲਾਂ ਨੂੰ ਪਾ ਲਿਆ ਤੇ 2 3 ਸਪੂਨ ਇਹ ਜਿਹੜੇ ਆਪਾਂ ਜੂਸ ਦੇ ਪਾ ਲਿਆ ਨਿੰਬੂ ਦੇ ਜਿੱਦਾਂ ਰਸ ਦੇ ਲੇਮਨ ਜੂਸ ਦੇ ਤੇ ਵਿੱਚ 슈ਗਰ ਪਾ ਲਈ ਅੱਧਾ ਕੱਪ ਬਰਾਊਨ 슈ਗਰ ਪਾਈਏ 1/4 ਕੱਪ ਪਾ ਲਿਆ ਸੌਗੀ ਕੰਦਾ ਸੁਲਤਾਨਾ ਇਹਨੂੰ ਕਹਿੰਦੇ ਆ ਬਦਾਮਾਂ ਦੇ ਫਲੇਕ ਦਾ 1/4 ਕੱਪ ਪਾ ਲਿਆ ਆ। 1/3 टीस्पून ਆਪਾਂ ਸਿਨਮਨ ਪਾ ਲਈ ਆ। ਜਿਹਦਾ ਚੌਥਾ ਹਿੱਸਾ ਟੀस्पून ਦਾ ਉਹ ਪਾ ਲਈ ਆ। ਤੇ 1 ਟੇਬਲस्पून ਆਪਾਂ ਮੈਦਾ ਪਾਉਣ ਲੱਗੇ ਆ ਵਿੱਚ। ਜਿਹਦਾ ਸਾਰਾ ਸਮਾਨ ਸੀ ਜਿਹੜਾ ਉਹ ਐਪਲ ਨੂੰ 슈ਗਰ ਵੀ ਲੱਗ ਜੂਗੀ। ਸਾਰੇ ਕੁਝ ਨੂੰ ਆਪਾਂ ਮਿਕਸ ਕਰ ਲੈਣਾ। ਆਪਾਂ ਸਾਰੇ ਕੁਝ ਨੂੰ ਮਿਕਸ ਹੋਣ ਕਰ ਲਿਆ। ਹੁਣ ਆਪਾਂ ਐਪਲ ਕਰੰਬਲ ਬਣਾਉਣ ਲਈ ਕਰੰਬਲ ਬਣਾਉਣਾ ਆ ਹੁਣ ਆਪਾਂ ਆ ਚੀਜ਼ਾਂ ਸਾਰੀਆਂ ਮਿਕਸ ਕਰ ਲਈਆਂ ਆ ਇਹ ਫਿਲਿੰਗ ਆ ਹਣ ਆਪਾਂ ਕਰੰਬਲ ਬਣਾਉਂਗੇ ਤੇ ਹੁਣ ਮੈਂ ਦਿਖਾਉਣੀ ਆ ਕੀ ਕੀ ਚੀਜ਼ ਪਾਈ ਆ 1.5 ਕੱਪ ਆਪਾਂ ਲਿਆਇਆ ਆ ਓਟਸ ਦਾ ਇਹਨਾਂ ਨੂੰ ਡੋਂਗੇ ਦੇ ਵਿੱਚ ਪਾ ਲੈਣਾ ਮਿਕਸ ਕਰਨ ਲਈ ਇੱਕ ਕੱਪ ਮੈਦੇ ਦਾ ਪਾਵਾਂਗੇ ਵਿੱਚ ਪਲੇਨ ਫਲਾਵਰ ਦਾ ਤੇ ਅੱਧਾ ਕੱਪ ਮੈਂ ਲੱਗੀਆਂ 슈ਗਰ ਦਾ ਪਾਉਣਾ ਮੈਂ ਬਰਾਊਨ 슈ਗਰ ਵਰਤੀ ਹੈ ਜੇ ਤੁਸੀਂ ਜ਼ਿਆਦਾ 슈ਗਰ ਖਾਂਦੇ ਆ ਫੇਰ ਤੁਸੀਂ ਪੌਣਾ ਕੱਪ ਪਾ ਲਓ ਜਾਂ ਦੇ 3/4 ਕੱਪ 슈ਗਰ ਦਾ ਪਾ ਲਓ ਅਸੀਂ ਅੱਧਾ ਹੀ ਪਾਇਆ ਤੇ ਇਹਨਾਂ ਨੂੰ ਹੁਣ ਤੇ ਇਹਨਾਂ ਨੂੰ ਮਿਕਸ ਕਰ ਲੈਣਾ ਆ ਇਹਦੇ ਵਿੱਚ 슈ਗਰ ਆ ਮੈਦਾ ਆ ਤੇ ਓਟਸ ਆ ਤੇ ਥੋੜਾ ਜਿਹਾ ਲੂਣ ਪਾਇਆ ਵਿੱਚ ਜਿੱਦਾਂ ਇੱਕ ਪਿੰਚ ਕਹੀਏ ਇਹਦੇ ਚਟਕੀ ਜੀ ਨੂੰ ਕਹਿੰਦੇ ਆ ਉਹ ਇਨਾਂਕ ਲੂਣ ਪਾਉਣਾ ਵਿੱਚ ਹਾਫ ਟੀस्पून ਮੈਂ ਪਾਇਆ ਬੇਕਿੰਗ ਪਾਊਡਰ 1 ਐਂਡ ਹਾਫ ਟੀस्पून ਮੈਂ ਸਿਨਮਨ ਦਾ ਪਾਇਆ ਯਾਨੀ ਡੇਢ ਟੀस्पून ਇਹ ਜਿਹੜਾ ਉਹ ਪਾਉਣਾ ਹੈ ਆਪਾਂ ਦਾਲਚੀਨੀ ਦਾ 125 ਗ੍ਰਾਮ ਬਟਰ ਲੈ ਲਿਆ ਆ ਇਹ ਬਟਰ ਅਨਸਾਲਟਡ ਲੈਣਾ ਹੈ ਲੂਣ ਨਾ ਹੋਵੇ ਜਿਹਦੇ ਵਿੱਚ ਹੁਣ ਅਸੀਂ ਇਹਨੂੰ ਮਾਈਕ੍ਰੋਵੇਵ ਦੇ ਵਿੱਚ ਰੱਖ ਕੇ ਪੰਗਲਾ ਲਵਾਂਗੇ ਇਨੂੰ ਮੈਲਟ ਕਰ ਲੈਣਾ ਆ ਹੁਣ ਮੈਂ ਮਾਈਕ੍ਰੋਵੇਵ ਦੇ ਵਿੱਚ ਥੋੜੇ ਸੈਕਿੰਡ ਲਈ ਇਹਨੂੰ ਰੱਖ ਲਵਾਂਗੀ ਬਟਰ ਨੂੰ ਗਰਮ ਕਰ ਲਿਆ ਆ ਇਦਾਂ ਜਿੱਦਾਂ ਮੈਲਟ ਕਰ ਲੈਣਾ ਆ ਹੁਣ ਇਹਨੂੰ ਮਿਕਸਚਰ ਦੇ ਵਿੱਚ ਰਲਾ ਦੇਣਾ ਆ ਇਹਦਾ ਆਪਾਂ ਕਰੰਬਲ ਬਣਾਉਣਾ ਆ ਹੁਣ ਆਪਾਂ ਕੋ ਕਰੰਬਲ ਵੀ ਰੈਡੀ ਹੋ ਗਿਆ ਆ ਤੇ ਇਧਰ ਫਿਲਿੰਗ ਵੀ ਰੈਡੀ ਹੋ ਗਈ ਆ ਹੁਣ ਆਪਾਂ ਕਿਸੇ ਵੀ ਡਿਸ਼ ਦੇ ਵਿੱਚ ਇਦਾਂ ਲੈ ਲੈਣੀ ਆ ਉਹਦੇ ਵਿੱਚ ਪਹਿਲਾਂ ਥੋੜਾ ਜਿਹਾ ਥੱਲੇ ਕਰੰਬਲ ਪਾਉਣਾ ਆ ਹੁਣ ਆਪਾਂ ਜਿਹੜੀ ਆ ਫਿਲਿੰਗ ਉਹਨੂੰ ਵਿੱਚ ਪਾ ਦਵਾਂਗੇ ਉੱਤੇ ਹੁਣ ਉੱਤੇ ਪਾਤਾ ਆ ਆਪਾਂ ਫਿਲਿੰਗ ਵੜਾਈ ਥੱਲੇ ਕਰੰਬਲ ਪਾਇਆ ਕਿਉਂਕਿ ਜਿਹੜਾ ਐਪਲਾਂ ਦੇ ਵਿੱਚੋਂ ਪਾਣੀ ਨਿਕਲੇ ਉਹਨੂੰ ਅਬਜ਼ਰਬ ਕਰ ਲੈਣ ਨਾਲ ਸੋ ਬਾਕੀ ਦਾ ਫੇਰ ਆਪਾਂ ਉੱਤੇ ਪਾਵਾਂਗੇ ਜਿੱਦਾਂ ਵਿੱਚ ਜਿਹੜੇ ਇਦਾਂ ਲੰਪਸ ਜਏ ਹਨਾ ਬਣਿਓ ਆ ਕਰੰਬਲ ਦੇ ਇਹ ਇਦਾਂ ਰਹਿੰਦੇ ਨੇ ਕਿ ਉਹ ਬਟਰ ਨਾ ਇਦਾਂ ਬਣਿਓ ਇਹ ਨੇਚਰਲੀ ਬਣਿਓ ਆ ਇਦਾਂ ਹੀ ਆਪਾਂ ਵਿੱਚ ਕਾ ਨਹੀਂ ਇਹਨਾਂ ਨੂੰ ਭੋਰਨ ਦੀ ਟਰਾਈ ਇਦਾਂ ਕਰਿਓ ਜਿਦਾਂ ਇਹਨਾਂ ਨੂੰ ਤੋੜਨਾ ਨਹੀਂ ਸਕੋ ਲੰਪਸ ਜਿਹੇ ਨੂੰ ਇਦਾਂ ਹੀ ਪਾਉਣਾ ਉੱਤੇ ਕ੍ਰੰਬਲ ਨੂੰ ਕਿਉਂਕਿ ਆਪਾਂ ਵਿੱਚ ਬਟਰ ਪਾਇਆ ਸੀ ਨਾ ਬਟਰ ਨਾ ਇਦਾਂ ਬਣਿਓ ਆ ਤੇ ਇਹਨਾਂ ਨੂੰ ਇਦਾਂ ਹੀ ਰੱਖਣਾ ਆ ਹੁਣ ਆਪਾਂ ਟ੍ਰੇ ਦੇ ਵਿੱਚ ਇਹਨਾਂ ਕਰ ਲਿਆ ਆ ਇਦੇ ਉੱਤੇ ਆਪਾਂ ਫੋਇਲ ਪੇਪਰ ਲਾ ਲੈਣਾ ਹੈ ਤੇ ਇਹਨੂੰ ਵਿੱਚ ਆਪਾਂ ਅਵਨ ਦੇ ਰੱਖ ਦੇਣਾ ਹੈ 180 ਡਿਗਰੀ ਤੇ ਜੇ ਤੁਹਾਡਾ ਹੈਗਾ ਆ ਅਵਨ ਫੈਨ ਫੋਰਸ ਜੇ ਤੁਹਾਡਾ ਨਹੀਂ ਫੈਨ ਫੋਰਸ ਹੈਗਾ ਆ ਅਵਨ ਫਿਰ ਆਪਾਂ 200 ਤੇ ਰੱਖਣਾ ਹੈ ਓਕੇ ਸੋ ਹੁਣ ਮੈਂ ਉੱਤੇ ਫੋਇਲ ਲਾ ਦੂੰਗੀ ਇਹਦੇ ਤੇ ਅਵਨ 'ਚ ਰੱਖਾਂਗੇ ਅਵਨ ਨੂੰ ਪਹਿਲਾਂ ਪ੍ਰੀ ਹੀਟ ਕਰ ਲੈਣਾ 180 ਤੇ ਹੁਣ ਇਹਨੂੰ ਅਵਨ 'ਚ ਰੱਖ ਦਿੱਤਾ ਐਪਲ ਕਰੰਬਲ ਨੂੰ ਬਣ ਲੈ ਅੱਧੇ ਘੰਟੇ ਬਾਅਦ ਇਹਨੂੰ ਦੇਖਾਂਗੇ ਹੁਣ ਹਾਂ ਮੈਂ ਅੱਧੇ ਘੰਟੇ ਬਾਅਦ ਐਪਲ ਕ੍ਰੰਬਲ ਦੇ ਉੱਤੋਂ ਫੋਇਲ ਪੇਪਰ ਲਾ ਦਿੱਤਾ ਆ ਸੋ ਹੁਣ ਇਹਨੂੰ ਉਦਾਂ ਹੀ ਆਪਾਂ ਕਰਾਂਗੇ ਕੁੱਕਰ ਜਦੋਂ ਤੱਕ 골ਡਨ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਕੁੱਕ ਕਰਾਂਗੇ ਹੁਣ ਤੇ ਮੈਨੂੰ ਲੱਗਦਾ 20 ਮਿੰਟ ਲੱਗ ਜੂਗੇ ਆਪਾਂ ਚੈੱਕ ਕਰਦੇ ਰਹਾਂਗੇ ਹੁਣ ਐਪਲ ਕ੍ਰੰਬਲ ਬਣ ਕੇ ਤਿਆਰ ਹੋ ਗਿਆ ਆ ਤੇ ਹੁਣ ਤੁਹਾਨੂੰ ਸਰਵ ਕਰਕੇ ਦਿਖਾਵਾਂਗੇ ਫਾਇਲੋਂ ਤੋਂ ਬਾਅਦ ਅਸੀਂ 15 ਮਿੰਟ ਦਿੱਤੇ ਸੀ ਆ ਬੰਦੇ ਵਿੱਚ ਵੀ ਉੱਤੋਂ ਜਾਨੀ 골ਡ ਨਹੀਂ ਕਰਨਾ ਆ ਹਨਾ ਤੇ ਤੁਸੀਂ ਦੇਖ ਲਓ ਕਿੰਨੇ ਟਾਈਮ ਚ ਹੋ ਜਾਂਦਾ ਥੋੜੇ ਬੱਤੇ ਦਾ ਵੀ ਫਰਕ ਹੁੰਦਾ ਆ ਅਵਨਾ ਦਾ ਵੀ ਫਰਕ ਹੁੰਦਾ ਆ ਹਣ ਐਪਲ ਕਰੰਬਲ ਨੂੰ ਮੈਕੋਲੀ ਦੇ ਵਿੱਚ ਪਾ ਲਿਆ ਆ ਇੱਕ ਸਕੂਪ ਪਾ ਲਿਆ ਆ ਆਈਸਕ੍ਰੀਮ ਦਾ ਨਾਲ ਤੁਸੀਂ ਇਹਨੂੰ ਕਸਟਰਡ ਦੇ ਨਾਲ ਵੀ ਖਾ ਸਕਦੇ ਆ ਤੇ ਆਈਸਕ੍ਰੀਮ ਦੇ ਨਾਲ ਵੀ ਖਾ ਸਕਦੇ ਆ ਤੇ ਬਹੁਤ ਸਵਾਦ ਬਣਿਆ ਮੈਂ ਟੈਸਟ ਕਰਕੇ ਦੇਖ ਲਿਆ ਆ ओके जी ਤੁਸੀਂ ਵੀ ਬਣਾ ਕੇ ਆਪਣੇ ਘਰਾਂ 'ਚ ਮੈਨੂੰ ਜਰੂਰ ਦੱਸਿਓ ਕਿਦਾਂ ਦਾ ਬਣਿਆ ਜੇ ਤੁਹਾਨੂੰ ਇਹ ਰੈਸਪੀ ਸੋਹਣੀ ਲੱਗੀ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਲਾਈਕ ਦਾ ਬਟਨ ਦਬਿਓ ਥੈਂਕ ਯੂ